ਰਾਏਕੋਟ ਵਿਖੇ ਗੁੱਗਾ ਮਾੜੀ ਰੋਡ ਦੇ ਨਜ਼ਦੀਕ ਤੇਜ਼ ਰਫ਼ਤਾਰ ਨਾਲ ਭੱਜੀ ਆ ਰਹੀ ਇੱਕ ਅਵਾਰਾ ਗਾਂ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਨੌਜਵਾਨ ਲੜਕੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ, ਜਦਕਿ ਮੋਟਰਸਾਈਕਲ ਚਲਾ ਰਹੇ ਉਸਦੇ ਭਰਾ ਦੇ ਵੀ ਸੱਟਾਂ ਵੱਜੀਆਂ ਹਨ। ਜਾਣਕਾਰੀ ਦਿੰਦਿਆਂ ਮੋਟਰਸਾਈਕਲ ਚਾਲਕ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਭੈਣ ਦੇ ਨਾਲ ਤਾਜਪੁਰ ਚੌਂਕ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ, ਪਰ ਜਦੋਂ ਗੁੱਗਾ ਮਾੜੀ ਰੋਡ ਦੇ ਨਜ਼ਦੀਕ ਪਹੁੰਚਿਆ ਤਾਂ ਇੱਕ ਗਲੀ 'ਚੋਂ ਤੇਜ਼ ਰਫ਼ਤਾਰ ਨਾਲ ਭੱਜੀ ਆ ਰਹੀ ਅਵਾਰਾ ਗਾਂ ਉਹਨਾਂ ਦੇ ਮੋਟਰਸਾਈਕਲ ਨਾਲ ਟਕਰਾ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ। ਜਿਸ ਤਰ੍ਹਾਂ ਉਸਦੀ ਭੈਣ ਦੇ ਜਬਾੜੇ ਅਤੇ ਸਿਰ ਸੱਟ ਲੱਗਣ ਦੇ ਨਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਦਕਿ ਉਸਦੇ ਵੀ ਸੱਟਾਂ ਲੱਗੀਆਂ ਹਨ। ਇਸ ਮੌਕੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਸਦੀ ਭੈਣ ਨੂੰ ਲਾਈਫ ਕੇਅਰ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ ਗਿਆ। ਉਹਨਾਂ ਮੰਗ ਕੀਤੀ ਕਿ ਇਹਨਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਸੰਬੰਧੀ ਕੋਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਗੱਲ ਦੇਖੋ ਜੀ, ਅਸੀਂ ਰੋਡ ਦੇ ਪਰ ਆਉਂਦੇ ਪਏ ਸੀਗੇ, ਗਾਂ ਪੂਰੀ ਤੇਜ਼ੀ ਨਾਲ ਇੱਕ ਨਿਕਲੀ, ਉਹ ਸਾਡੇ ਸਿੱਧੇ ਕੇ ਮੋਟਰਸਾਈਕਲ 'ਤੇ ਵੱਜੀ। ਸਾਡੇ ਵੀ ਸੱਟਾਂ ਵੱਜੀਆਂ, ਮੇਰੀ ਭੈਣ ਦੀ ਵੀ ਸੱਟਾਂ ਵੱਜੀਆਂ ਵਾ। ਮੋਟਰਸਾਈਕਲ ਹੌਲੀ ਹੋਣ ਕਰਕੇ ਸਾਡਾ ਜਾਨੀ ਨੁਕਸਾਨ ਹੋਣ ਤੋਂ ਬਚਿਆ ਵਾ, ਜਦਕਿ ਪ੍ਰਸ਼ਾਸਨ ਨੂੰ ਬਿਲਕੁਲ ਅੱਖਾਂ ਮੀਚ ਕੇ ਬੈਠਾ ਵਾ। ਰਾਏਕੋਟ ਵਿੱਚ ਪਹਿਲਾਂ ਵੀ ਜਾਨੀ ਨੁਕਸਾਨ ਹੋਏ ਆ, ਗਊਆਂ ਵੱਜਣ ਕਾਰਨ ਪਰਿਵਾਰਾਂ ਦੇ ਪਰਿਵਾਰ ਤਬਾਹ ਹੋਏ ਆ। ਥੋੜ੍ਹਾ ਟਾਈਮ ਹੋਇਆ, 2-3 ਮਹੀਨੇ ਹੋਏ ਆ ਜੀ ਉਹਨਾਂ ਨੂੰ। ਉਸ ਦੌਰਾਨ ਹੁਣ ਜੇ ਸਾਡਾ ਸਾਧਨ ਹੌਲੀ ਹੋਣ ਕਰਕੇ ਸਾਡਾ ਬਚਾਅ ਹੋਇਆ ਵਾ, ਮੇਰੀ ਭੈਣ ਦੇ ਸੱਟ ਜ਼ਿਆਦਾ ਵੱਜੀ ਆ, ਲਾਈਫ ਕੇਅਰ ਵਿੱਚ ਦਾਖਲ ਆ ਸੀ ਅਤੇ ਉੱਥੇ ਹਸਪਤਾਲ ਦੇ ਅੰਦਰ ਪਈ ਆ ਉਹ। ਆਹ ਦੇਖੋ ਮੇਰੀ ਬਾਂਹ 'ਤੇ ਵੱਜੀ ਹੋਈ ਆ ਸੱਟ, ਮੇਰੀ ਉਂਗਲ ਵੀ ਲੱਗਦਾ ਕੋਈ ਹੈਗੀ ਵੱਡੀ ਪ੍ਰੋਬਲਮ ਆ, ਅਤੇ ਸੱਟ ਸਾਡੇ ਫੁੱਲ ਵੱਜੀ ਆ। ਪ੍ਰਸ਼ਾਸਨ ਪੂਰੀ ਗੂੜੀ ਨਹੀਂ ਸੁੱਤਾ ਪਿਆ ਵਾ, ਗਊਆਂ ਦੇ ਨਾਂ 'ਤੇ, ਗਊ ਸੈੱਸ ਦੇ ਨਾਂ 'ਤੇ ਇਹ ਪੈਸੇ ਬਟੋਰਨ ਇਕੱਠੇ ਕਰਨ ਲੱਗੇ ਹੋਏ ਆ। ਸਰਕਾਰ ਬਿਲਕੁਲ ਅੰਨੀ ਬੋਲੀ ਹੋਈ ਫਿਰਦੀ ਆ, ਇਹਨਾਂ ਨੇ ਜਿੰਨਾ ਰੁਪਈਆ ਇਕੱਠਾ ਕਰਨ ਲੱਗੇ ਹੋਏ, ਆਪਣੀ ਜੇਬਾਂ ਭਰਨ ਲੱਗੇ ਹੋਏ ਆ। ਰਾਏਕੋਟ ਦੇ ਵਿੱਚ ਖਾਸ ਤੌਰ 'ਤੇ ਮੈਂ ਦੱਸ ਦਿੰਦਾ ਵਾਂ, ਇੱਥੇ ਗਊਸ਼ਾਲਾ ਤਾਂ ਬਹੁਤ ਬਣੀਆਂ ਹੋਈਆਂ ਨੇ ਅਤੇ ਗਊਸ਼ਾਲਾ ਨਾਂ 'ਤੇ ਰਾਜਨੀਤੀ ਬਹੁਤ ਹੁੰਦੀ ਪਈ ਆ, ਪਰ ਗਊਆਂ ਵਾਰਾਂ ਫਿਰਦੀਆਂ ਵਾਂ। ਇਹਨਾਂ ਨੂੰ ਜਾਂ ਤਾਂ ਗਊਆਂ ਦੇ ਅਫਸਰਾਂ ਦੇ ਹੁਣ ਘਰ ਬੰਨ੍ਹ ਕੇ ਆਵਾਂਗੇ, ਜਾਂ ਇਹਨਾਂ ਦੇ ਦਫ਼ਤਰਾਂ 'ਚ ਬਿਠਾ ਕੇ ਆਵਾਂਗੇ ਗਊਆਂ ਨੂੰ। ਕੀ ਮੰਗ ਆ ਪ੍ਰਸ਼ਾਸਨ ਤੁਹਾਡੀ? ਪ੍ਰਸ਼ਾਸਨ ਤੋਂ ਸਿੱਧੀ ਸਿੱਧੀ ਮੰਗ ਆ ਜੀ, ਇਹ ਆਪਣੀ ਅੱਖਾਂ ਖੋਲ੍ਹ ਕੇ ਪਹਿਲਾਂ ਜਾਗਣ, ਜਿਹੜੇ ਦੇ ਘਰ ਤਬਾਹ ਹੈ ਉਹਨਾਂ ਨੂੰ ਵੀ ਦੇਖਣ, ਜੇ ਇਹਨਾਂ ਦੇ ਘਰਾਂ ਦੇ ਕੱਲ੍ਹ ਨੂੰ ਇੱਦਾਂ ਦਾ ਹੋ ਗਿਆ ਕਿ ਗਊ 'ਚ ਇਹ ਵੱਜਣਗੇ, ਉਹਦੇ ਇਹਨਾਂ ਨੂੰ ਅਕਲ ਆਉਣੀ ਆ। ਸਾਡੇ ਪਰਿਵਾਰ ਨਾਲ ਹੋਈ ਆ, ਹੁਣ ਸਾਡੀ ਕੁੜੀ ਅੰਦਰ ਪਈ ਆ, ਉਹਦੇ ਸਿਰ 'ਤੇ ਵੀ ਸੱਟ ਵੱਜੀ ਆ, ਉਹਦੇ ਮੂੰਹ 'ਤੇ ਵੀ ਸੱਟ ਵੱਜੀ ਆ, ਮੇਰੀ ਬਾਂਹ 'ਤੇ ਵੱਜੀ ਆ। ਉਸ ਤੋਂ ਪਹਿਲਾਂ ਰਾਏਕੋਟ ਸ਼ਹਿਰ ਦੀ ਇੱਕ ਪਰਿਵਾਰ ਤਬਾਹ ਹੋਇਆ ਵਾ, ਦੋਨੇ ਬੱਚੇ ਪੂਰੇ ਹੋ ਗਏ, ਉਹਨਾਂ ਦੇ ਘਰ ਖਾਲੀ ਹੋ ਗਿਆ ਬਿਲਕੁਲ, ਉਹ ਬਿਲਕੁਲ ਠੰਡ ਦੇ ਕੋਲੇ। ਰਾਏਕੋਟ ਤੋਂ ਰਾਜਪਾਲ ਮਹਾਂਤੀ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ ਵਰਲਡ ਫੇਮਸ ਮੀਆਂ ਰਹਿਮਤ ਅਲੀ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਸਪੈਸ਼ਲਿਸਟ ਵਸ਼ੀਕਰਨ, ਲਵ ਮੈਰਿਜ, ਲਾਟਰੀ ਨੰਬਰ, ਮਨਚਾਹਿਆ ਪਿਆਰ, ਕਰਜ਼ੇ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਕੀਤਾ ਕਰਾਇਆ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਖੂਨ ਦੇ ਛਿੱਟੇ ਆਉਣੇ, ਪਤੀ ਪਤਨੀ ਚਣਵਣ, ਹਰ ਜਗ੍ਹਾ ਤੋਂ ਨਿਰਾਸ਼ ਹੋਏ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਹਰ ਸਮੱਸਿਆ ਦਾ ਹੱਲ ਸਿਰਫ 21 ਘੰਟਿਆਂ 'ਚ 101% ਗਰੰਟੀ ਨਾਲ। ਉਮੀਦ ਦੀ ਆਖਰੀ ਕਿਰਨ ਮੀਆਂ ਰਹਿਮਤ ਅਲੀ ਜੀ, ਇੱਕ ਵਾਰ ਫੋਨ ਜ਼ਰੂਰ ਕਰੋ 78772-45655।